ਗੁੱਡ ਇਵਨਿੰਗ ਸਟੂਡੈਂਟਸ ਅੱਜ ਆਪਾਂ ਸੀਡੀਪੀ ਦੇ ਪ੍ਰੀਵੀਅਸ ਇਅਰ ਕੁਐਸਚਨਸ ਦਾ ਸੈਕੰਡ ਮੌਕ ਟੈਸਟ ਕਰਾਂਗੇ ਜਿਦੇ ਵਿੱਚ ਪਹਿਲਾਂ ਵਾਂਗੂ ਹੀ 30 ਮਾਰਕਸ ਦੇ 30 ਕੁਐਸਚਨ ਹੋਣਗੇ ਜੇ ਤੁਹਾਡੇ ਜੋ ਕਿਸੇ ਨੇ ਅਜੇ ਪਹਿਲੇ ਵਾਲਾ ਮੌਕ ਟੈਸਟ ਅਟੈਂਪਟ ਨਹੀਂ ਕੀਤਾ ਤੁਸੀਂ ਜਾ ਕੇ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਸ ਤਰੀਕੇ ਨਾਲ ਮੌਕ ਟੈਸਟ ਅਟੈਂਪਟ ਕਰਵਾਉਣ ਦਾ ਮਕਸਦ ਇਹੀ ਆ ਕਿ ਆਪਾਂ ਐਗਜ਼ਾਮ ਦੇ ਤਰੀਕੇ ਨਾਲ ਆਪਦੇ ਆਪ ਨੂੰ ਪ੍ਰੀਪੇਅਰ ਕਰ ਸਕੀਏ ਜਿਵੇਂ ਐਗਜ਼ਾਮ ਦੇ ਵਿੱਚ ਵੀ ਆਪਣੇ ਕੋਲੇ 20 ਤੋਂ 30 ਮਿੰਟ ਹੁੰਦੇ ਆ ਇੱਕ ਸੈਕਸ਼ਨ ਨੂੰ ਲੈ ਕੇ ਖਾਸ ਕਰਕੇ ਸੀਡੀਪੀ ਦੇ ਵਿੱਚ ਤੇ ਮੈਂ ਇਹ ਹੀ ਚੋਨਾ ਕਿ ਤੁਸੀਂ ਆਪਣੇ ਉਸ 20 ਮਿੰਟ ਦੇ ਵਿੱਚ ਵਿੱਚ ਹੀ ਅਟੈਂਪਟ ਕਰੋ ਤੇ ਇਸ ਸੀਰੀਜ਼ ਵਿੱਚ ਜਿੰਨੇ ਵੀ ਕੁਐਸਚਨ ਆਨਸਰ ਦੇਖਣ ਨੂੰ ਮਿਲਦੇ ਨੇ ਤੁਹਾਨੂੰ ਪਿਛਲੇ ਸਾਲਾਂ ਦੇ ਵਿੱਚ ਟੈਟ ਦੇ ਵਿੱਚ ਆਏ ਹੋਏ ਨੇ ਤਾਂ ਐਗਜ਼ਾਮ ਲੈਵਲ ਦੇ ਵਿੱਚ ਤੁਸੀਂ ਕਿੱਥੇ ਐਕਸਟੈਂਡ ਕਰਦੇ ਹੋ ਤੁਹਾਨੂੰ ਇਹ ਵੀ ਪਤਾ ਲੱਗ ਕੇ ਚਾਹੁੰਦਾ ਪਿਛਲੇ ਮੌਕ ਟੈਸਟ ਦੇ ਵਿੱਚ ਕਾਫੀ ਬੱਚਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਮਾਰਕਸ ਸ਼ੇਅਰ ਕੀਤੇ ਸੀ ਮੇਰੀ ਇੱਕ ਹੀ ਬੇਨਤੀ ਹੈ ਸਾਰੇ ਸਟੂਡੈਂਟਸ ਲਈ ਜੇ ਦੇਖੋ ਤੁਹਾਡੇ ਨੰਬਰ ਕਈ ਵਾਰ ਘੱਟ ਆਉਂਦੇ ਨੇ ਤੇ ਤੁਹਾਨੂੰ ਲੱਗਦਾ ਵੀ ਅਸੀਂ ਬੈਟਰ ਪਰਫਾਰਮ ਨਹੀਂ ਕਰ ਰਹੇ ਤਾਂ ਤੁਸੀਂ ਘਬਰਾਉਣਾ ਨਹੀਂ ਕਿਉਂਕਿ ਦੇਖੋ ਹੁਣ ਤੁਸੀਂ ਜਿੰਨੇ ਮੌਕ ਟੈਸਟ ਹੁਣ ਅਟੈਂਪਟ ਕਰੋਗੇ ਪਵਾ ਤੁਹਾਡੇ ਘਾਟ ਨੰਬਰ ਹੁਣ ਸਭੋ ਫਾਇਦਾ ਹੋਊਗਾ ਤੁਹਾਨੂੰ ਪਤਾ ਲੱਗੂ ਕਿਹੜਾ ਸੈਕਸ਼ਨ ਤੁਹਾਡਾ ਵੀਕ ਆ ਜਾਂ ਤੁਸੀਂ ਕੁਐਸਚਨ ਨੂੰ ਪੜ੍ਹਨ ਦੇ ਵਿੱਚ ਕੀ ਗਲਤੀ ਕੀਤੀ ਆ ਤਾਂ ਜੋ ਪੇਪਰ ਦੇ ਵਿੱਚ ਆਪਣੇ ਲਈ ਇਹ ਚੀਜ਼ ਬੈਨੀਫੀਸ਼ੀਅਲ ਹੋਵੇ ਕਿ ਆਪਾਂ ਨੂੰ ਪਹਿਲੇ ਦਿਮਾਗ ਅਲਰਟ ਹੋਵੇ ਵੀ ਆਪਾਂ ਇਸ ਤਰੀਕੇ ਦੇ ਕੁਐਸਚਨ ਦੇ ਵਿੱਚ ਗਲਤੀ ਕਰ ਸਕਦੇ ਆ ਤਾਂ ਤੁਸੀਂ ਇਹ ਚੀਜ਼ ਨੂੰ ਲੈ ਕੇ ਘਬਰਾਉਣਾ ਨਹੀਂ ਸਭੋ ਕਮੈਂਟ ਦੇ ਵਿੱਚ ਆਪਣੇ ਮਾਰਕਸ ਸ਼ੇਅਰ ਕਰਿਆ ਕਰੋ ਇਸ ਵੀ ਨਾਲ ਦੇਖੋ ਤੁਹਾਨੂੰ ਵੀ ਕਿੰਨਾ ਕਿਤੇ ਕੰਫੀਡੈਂਸ ਮਿਲੇਗਾ ਜਿਵੇਂ ਜਿਵੇਂ ਤੁਸੀਂ ਅੱਗੇ ਜਾ ਕੇ ਟੈਸਟ ਅਟੈਂਪਟ ਕਰੋਗੇ ਤੁਹਾਡੇ ਮਾਰਕਸ ਬਿਹਤਰ ਹੁੰਦੇ ਜਾਣਗੇ ਬਾਕੀ ਰੂਲਸ ਬਾਰੇ ਤੁਹਾਨੂੰ ਪਤਾ ਹੀ ਆ ਪੈਨ ਤੇ ਨੋਟਬੁੱਕ ਲੈ ਕੇ ਬੈਠੋ ਇੱਕ ਸ਼ਾਂਤ ਪਲੇਸ ਦੇ ਵਿੱਚ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰ ਸਕੇ ਹਰੇਕ ਕੁਐਸਚਨ ਦੇ ਵਿੱਚ 30 ਸੈਕਿੰਡ ਦਾ ਟਾਈਮ ਹੁੰਦਾ ਬਾਕੀ ਜੇ ਕੁਐਸਚਨ ਤੁਹਾਨੂੰ ਕੋਈ ਪੜ੍ਹਨ ਦੇ ਵਿੱਚ ਦਿੱਕਤ ਹੁੰਦੀ ਤੁਸੀਂ ਪਾਜ਼ ਕਰ ਸਕਦੇ ਹੋ ਤੁਹਾਡੇ ਕੋਲ ਆਪਸ਼ਨ ਹੈਗੇ ਆ ਵੀਡੀਓ ਨੂੰ ਪਾਜ਼ ਕਰਕੇ ਟਾਈਮ ਆਪ ਦੇ ਕੋਲੇ ਐਕਸਟਰਾ ਲੈਣ ਦੀ ਜੇ ਤੁਹਾਡੇ ਅਟ੍ਰੋਂਗ ਅਟੈਂਪਟ ਹੁੰਦੇ ਨੇ ਤੁਸੀਂ ਸਾਈਡ ਤੇ ਪੇਪਰ ਦੇ ਉੱਤੇ ਮਾਰਕ ਕਰ ਲਓ ਵੀ ਫਿਰ ਤੁਸੀਂ ਉਸ ਨਾਲ ਨੰਬਰ ਆਪਣੇ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਿ ਕਿੰਨੇ ਤੁਹਾਡੇ ਸਕੋਰ ਆਏ ਤਾਂ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਲਾਈਵ ਮੌਕ ਟੈਸਟ 2 ਸੀਡੀਪੀ ਦੇ ਪ੍ਰੀਵੀਅਸ ইয়ার ਕੁਐਸਚਨ ਪੇਪਰ ਦੇ ਵਿੱਚੋਂ ਸਭ ਤੋਂ ਪਹਿਲਾ ਕੁਐਸਚਨ ਆ ਗਿਆ ਜੀ ਆਪਣੇ ਕੋਲੇ ਵਿਚ ਪ੍ਰਿੰਸੀਪਲ ਆਫ ਡਵੈਲਪਮੈਂਟ ਸੁਜੈਸਟਡ ਥੈਟ ਡਿਫਰੈਂਟ ਬੋਡੀ ਸਿਸਟਮਸ ਗਰੋਸ ਐਟ ਡਿਫਰੈਂਟ ਰੇਟਸ অপশন নাম্বার 4 ਇੰਦਾ ਕਰੈਕਟ ਸਿਗਾ ਦਾ ਪ੍ਰਿੰਸੀਪਲ ਆਫ ਇੰਡੀਪੈਂਡੈਂਸ ਆਫ ਸਿਸਟਮਸ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਦੇ ਉੱਤੇ ਫਿਜ਼ੀਕਲ ਡਿਵੈਲਪਮੈਂਟ ਆਫ ਚਿਲਡਰਨ ऑप्शन नंबर फोर इज द करेक्ट है अकर्ज इन एन ऑर्डरली एंड सिक्वेंशियल मैनर बट रेट ऑफ डेवलपमेंट ऑफ इंडिविजुअल चिल्ड्रन वेरी अगर अपने को थर्ड क्वेश्चन आ गया डेवलपमेंटल चेंजेस ਆਪਸ਼ਨ ਨੰਬਰ 3 ਇਹਦੀ ਕਰੈਕਟ ਆ ਅਕਰਸ ਐਟ ਵੇਰੀਇੰਗ ਰੇਟਸ ਇਨ ਇੰਡੀਵਿਜੂਅਲਸ ਅੱਗੇ ਕੁਐਸਚਨ ਨੰਬਰ 4 ਥਾ ਜੀ ਅਸਰਸ਼ਨਸ ਦੇ ਨਾਲ ਆ ਪਾਰਟ ਫਰਮ ਅਕੈਡਮਿਕ ਕਨਸੈਪਟਸ ਚਿਲड्रन ਲਰਨਸ ਆ ਲੋਟ ਆਫ ਸਕਿਲਸ ਐਸ ਵੈਲ ਐਸ ਵੈਲਿਊਸ ਐਂਡ ਬਲੀਫਸ ਇਨ ਸਕੂਲਸ ਦ ਰੀਜ਼ਨ ਸਕੂਲਸ ਆਰ ਅ ਸਕੈਂਡਰੀ ਬਟ ਇੰਪੋਰਟੈਂਟ ਏਜੰਸੀ ਆਫ ਸੋਸ਼ਲਾਈਜੇਸ਼ਨ ਆਫ ਚਿਲड्रन ਚੂਜ਼ ਦੀ ਕਰੈਕਟ ਆਪਸ਼ਨ অপশন নাম্বার 1 करेक्ट ਹੈ ਦੀ ਬੋਥ A ਐਂਡ R ਆਰ ਟ੍ਰੂ ਐਂਡ R ਇਸ ਦੀ करेक्ट ਐਕਸਪਲੇਸ਼ਨ ਆਫ A ਅੱਗੇ ਚੱਲਦੇ ਆਪਾਂ 5th ਨੰਬਰ ਕੁਐਸਚਨ ਦੇ ਉੱਤੇ ਵੈਨ ਅ ਯੰਗ ਚਾਈਲਡ ਸੀਜ਼ ਅ ਕੈਮਲ ਫਾਰ ਦੀ ਫਰਸਟ ਟਾਈਮ ਸ਼ੀ ਕਾਲਸ ਇਟ ਲੰਪੀ ਹਾਰਸ ਇਨ ਪਿਆਜੇ ਥਿਉਰੀ ਥਿਸ ਇਸ ਐਨ ਐਗਜ਼ਾਮਪਲ ਆਫ ਆਪਸ਼ਨ ਨੰਬਰ 4 ਇਹਦੀ ਕਰੈਕਟ ਆ ਅਸਿਮੂਲੇਸ਼ਨ ਅੱਗੇ ਚੱਲਦੇ ਆਪਾਂ ਕੁਐਸਚਨ ਨੰਬਰ 6 ਦੇ ਉੱਤੇ ਵਿਚ ਆਫ ਦਾ ਫਾਲੋਇੰਗ ਪੇਅਰ ਇਜ਼ ਅ ਕਰੈਕਟ ਪੇਅਰ ਆਫ ਪਿਆਜਨ ਸਟੇਜ ਐਂਡ ਇਟਸ ਕਰੈਕਟਰਿਸਟਿਕਸ ऑप्शन नंबर वन ए करेक्टा अगे चलते नंबर सैवन के उत्ते इन लैव वाई गोसकीज़ थ्योरी फिजिकल आइटम सच एज़ कैलकुलेटर कंप्यूटर एज़ वेल एज इंटलैक्चुअल फ्रेमवर्क सच एज लैंग आर कॉल्ड অপশন নাম্বার 2 কালচারাল টুলস এভি கரेक्ट অপশন আ আগে چلਦੇ ਆਪਾਂ ਕੁਐਸਚਨ ਨੰਬਰ 8 ਦੇ ਉੱਤੇ ਇਨ ਕਲਾਸਰੂਮ 베이스ড ਔਨ ਪ੍ਰਿੰਸੀਪਲ ਔਫ ਪਿਆਜੇ 왓 শুড ਬੀ দি ਕੈਰੇਕਟਿਸਟਿਕਸ ਔਫ ਟੀਚਰ ਮੋਬਿਲਿਟੀ ਫਲੈਕਸੀਬਿਲਿਟੀ ਡਿਡੈਡਿਕ ট্রান্সমিটার ਔਫ ਨੋਲੇਜ ਜਿਹੜੇ ਪਹਿਲੇ ਦੋ ਆਪਸ਼ਨਸ ਨੇ ਇਹ ਕਰੈਕਟ ਨੇ ਮੋਬਿਲਿਟੀ ਤੇ ਫਲੈਕਸੀਬਿਲਿਟੀ ਇਸ ਦੇ ਅਨਸਰ ਕਰੈਕਟ ਨੇ ਵਿਚ ਆਫ ਦਾ ਫੋਲੋਇੰਗ ਕੈਰੈਕਟਰਾਈਜ਼ ਆ ਪ੍ਰੋਗਰੈਸਿਵ ਕਲਾਸਰੂਮ ऑप्शन नंबर 4 टीचर प्रोवाइड्स लर्निंग अपॉर्चुनिटीज टू चिल्ड्रन टू एनेबल कांसेप्चुअल अंडरस्टैंडिंग ए दी करेक्ट ऑप्शन आ आगे चलते हैं आपा क्वेश्चन नंबर 10 ਦੇ ਉੱਤੇ ਮੋਰਲ ਰੀਜ਼ਨਿੰਗ ਇਜ਼ ਬੇਸਡ ਔਨ ਦੀ ਅੰਡਰਸਟੈਂਡਿੰਗ ਆਫ ਆਈਡੀਅਲ ਰੈਸਿਪ੍ਰੋਸਿਟੀ ਦਾ ਗੋਲਡਨ ਰੂਲ ਇਨ ਵਿਚ ਦਾ ਇੰਡੀਵਿਜੂਅਲਸ ਵਾਂਟਸ ਟੂ ਮੇਨਟੇਨ ਦਾ ਅਪਰੂਵਲ ਆਫ ਅਦਰਸ ਐਟ ਵਿਚ ਸਟੇਜ ਇਨ ਕੋਲਬਰਗਸ ਥਿਉਰੀ ਆਫ ਮੋਰਲ ਡਿਵੈਲਪਮੈਂਟ ਆਪਸ਼ਨ ਨੰਬਰ 4 ਗੁੱਡ ਬੋਏ ਗੁੱਡ ਗਰਲ ਓਰੀਐਂਟੇਸ਼ਨ ਇਹ ਵੀ ਕਰੈਕਟ ਆਪਸ਼ਨ ਆ ਅੱਗੇ ਚੱਲਦੇ ਆਪਾਂ ਕੁਐਸਚਨ ਨੰਬਰ 11 ਦੇ ਉੱਤੇ ਹਾਵਰਡ ਗਾਰਡਨਰ ਬਾਰੇ ਕਿਹੜੀ ਗੱਲ ਸਹੀ ਆ Option number 4 argued that several distinct types of intelligence exist. is e the correct option. on question number 12. Dash is reflected in the perception that girls will do well in a language but will perform poorly in mathematics and science. অপশন নাম্বার 4 জেন্ডার স্টেরিওটাইপ এদি கரेक्ट অপশন হ ਅੱਗੇ ਚੱਲਦੇ ਆਪਾਂ ਕੁਐਸਚਨ ਨੰਬਰ 13 ਦੇ ਉੱਤੇ ਇਨ ਅ ਕਲਾਸਰੂਮ ਵਿਦ ਡਾਈਵਰਸ ਲਰਨਰਸ ਫ্রম ਡਿਫਰੈਂਟ ਲੈਂਗੁਏਜ ਐਂਡ ਕਾਸਟਸ ਇਟ ਇਜ਼ ਇੰਪੋਰਟੈਂਟ ਟੂ ਅੱਗੇ ਚੱਲਦੇ ਆਪਾਂ ਕੁਐਸਚਨ ਨੰਬਰ 14 ਦੇ ਉੱਤੇ ਅਸੈਸਮੈਂਟਸ ਆਫ ਚਿਲड्रन ਆਪਸ਼ਨ ਨੰਬਰ 4 ਸਕਿਲਸ ਦੈਟ ਚਿਲड्रन ਪੋਜ਼ੈਸ ਐਲਵੇਸ ਆਪਸ਼ਨ ਨੰਬਰ 4 ਇਹਦੀ ਕਰੈਕਟ ਆਪਸ਼ਨ ਆ ਸਕਿਲਸ ਦੈਟ ਦਾ ਚਿਲड्रन ਪੋਜ਼ੈਸ ਐਲਸ ਵੈਲ ਐਸ ਹੇਅਰ ਲਰਨਿੰਗ ਪੋਟੈਂਸ਼ੀਅਲ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 15 ਦੇ ਉੱਤੇ ਵਿਚ ਆਫ ਦਾ ਫਾਲੋਇੰਗ ਸਟੇਟਮੈਂਟਸ ਅਬਾਊਟ ਕੁਐਸਚਨਿੰਗ ਇਨ ਕਲਾਸ ਇਜ਼ ਕਰੈਕਟ ਕਿਹੜੀ ਸਟੇਟਮੈਂਟ ਜਿਹੜੀ ਆ ਉਹ ਕਰੈਕਟ ਆ ਕਲਾਸ ਵਿੱਚ ਕੁਐਸਚਨਿੰਗ ਨੂੰ ਲੈ ਕੇ option number 4 teachers should use questions in the class to create cognitive conflict to facilitate learning edi correct option aa agge chalde ha chal ji appa question number 16 de utte which of the following principles underlines the philosophy of inclusive education inclusive education di philosophy nu no keda principle underline karda pya ਆਪਸ਼ਨ ਨੰਬਰ ਸੈਕੰਡ ਇਕਵਿਟੀ ਇਹਦੀ ਕਰੈਕਟ ਆਪਸ਼ਨ ਆ ਅੱਗੇ ਚੱਲਦੇ ਆਪਾਂ ਕੁਐਸਚਨ ਨੰਬਰ 17 ਦੇ ਉੱਤੇ ਵਿਚ ਆਫ ਦਾ ਫਲੋਇੰਗ ਅਫੈਕਟਸ ਐਨ ਇੰਡੀਵਿਜੂਅਲਸ ਅਬਿਲਟੀ ਟੂ ਮੂਵ ਐਂਡ ਮੇਨਟੇਨ ਬੈਲੈਂਸ ਐਂਡ ਪੋਸਚਰ ਸੈਕੰਡ ਆਪਸ਼ਨ ਸੈਰੇਬਰਲ ਪਾਲਸੀ ਇਹਦੇ ਕਰੈਕਟ ਆਪਸ਼ਨ ਆ ਅੱਗੇ ਚੱਲਦੇ ਆਪਾਂ ਕੁਐਸਚਨ ਨੰਬਰ 18 ਦੇ ਉੱਤੇ ਇਨ ਆਰਡਰ ਟੂ ਇਨਕਲੂਡ ਸਟੂਡੈਂਟਸ ਵਿਦ ਸਪੈਸੀਫਿਕ ਲਰਨਿੰਗ ਡਿਸੇਬਿਲਟੀ ਆ ਟੀਚਰ ਸ਼ੁੱਡ ਅਵਾਇਡ ਟੀਚਰ ਨੂੰ ਕੀ ਅਵਾਇਡ ਕਰਨਾ ਚਾਹੀਦਾ ਅਬਿਲਿਟੀਆਂ ਨੂੰ ਧਿਆਨ ਚ ਰੱਖਦੇ ਹੋਏ অপশন নাম্বার 4 সেটিং রিজিড টাইমলাইন্স অফ টাস্ক সাবমিশন এ দি কারেক্ট অপশন আ اگے چلਦੇ ਆਪਾਂ ਕੁਐਸਚਨ ਨੰਬਰ 19 ਦੇ ਉੱਤੇ ਇਨਕਲੂਜਨ ਆਫ ਸਟੂਡੈਂਟਸ ਫ্রম ਇਕਨੋਮਿਕਲੀ ਵੀਕਰ ਸੈਕਸ਼ਨਸ ਇਨ ਪ੍ਰਾਈਵੇਟ ਸਕੂਲਸ ਅੰਡਰ ਦੀ ਪ੍ਰੋਵੀਜ਼ਨ ਆਫ এডੂਕੇਸ਼ਨ ਐਕਟ 2009 ਮੇਨਲੀ ਐਮਸ ਐਟ ਜਿਹੜਾ ਰਾਈਟ ਟੂ এডੂਕੇਸ਼ਨ ਐਕਟ 2009 ਆ ਉਹ ਜਿਹੜੇ ਇਕਨੋਮਿਕ ਵੀਕਰ ਸੈਕਸ਼ਨ ਦੇ ਬੱਚੇ ਹੁੰਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਕੀ ਕਹਿੰਦਾ ਪਿਆ ऑप्शन नंबर थर्ड रिड्यूसिंग सोशल स्टेटिफिकेन येक्ट ऑप्शन आ आगे चलते हैं आप क्वेश्चन नंबर ट्वेंटी के उत्ते असरशन वाला क्वेश्चन आ गया अरसरन की कहें आ टीचर डिस्कस विद हर क्लास सिक्स स्टूडेंट्स नॉर्मस एंड रूल्स फॉर हैविंग मीनिंगफुल क्लासरूम डिस्कशन रीजन टीचर शुड ऑलवेज बी इन द कंट्रोल इन द क्लास एंड डिकटेट क्लासरूम विदाउट कंसल्टिंग द स्टूडेंट्स चूज द करैक्ट ऑप्शन অপশন নাম্বার 3 অ্যাসারশন ইজ ট্রু বাট রিজন ইজ ফলস ইদি কারেক্ট অপশন হ ਅੱਗੇ ਚੱਲਦੇ ਆਂ ਆਪਾਂ ਕੁਐਸਚਨ ਨੰਬਰ 21 ਦੇ ਉੱਤੇ ਵਿਚ ਆਫ ਦਾ ਫੋਲੋਇੰਗ ਇਜ਼ ਅ கரੈਕਟਲੀ ਮੈਚਡ ਪੇਅਰ ਆਫ ਐਪ੍ਰੋਪਰੀਏਟ ਅਕਾਮੋਡੇਸ਼ਨ ਸਟ੍ਰੈਟਜੀ ਫॉर ਇਨਕਲੂਜ਼ਨ ਆਫ ਸਟੂਡੈਂਟਸ ਵਿਦ தி ਸਪੈਸੀਫਾਈਡ ਕੈਕਟਰਿਸਟਿਕਸ ਆਪਸ਼ਨ ਨੰਬਰ 1 ਗਿਫਟਡ ਗਿਵ ਸਪੇਸ ਟੂ ਵਰਕ ਇੰਡੀਪੈਂਡੈਂਟਲੀ ਇਹਦੀ ਕਰੈਕਟ ਆਪਸ਼ਨ ਆ ਅੱਗੇ ਚੱਲਦੇ ਆਪਾਂ ਕੁਐਸਚਨ ਨੰਬਰ 22 ਦੇ ਉੱਤੇ ਇਨਾ ਸੋਸ਼ੀਓ ਕੰਸਟਰਕਟਿਵਿਸਟ ਕਲਾਸਰੂਮ Option number 3rd. Students construct knowledge by interacting with each other and the teacher. Is the correct option. Again the 23rd number question. Which of the following statement is correct as per National Education Policy 2020? অপশন নাম্বার 4 এদি करेक्ट অপশন আ ویسے ਵੀ ਜੇ ਤੁਸੀਂ एनसीएफ ਵਾਲੀ ਵੀਡੀਓ ਮੇਰੀ ਦੇਖੀ ਹੋਗੀ ਉਸ ਚ ਆਪਾਂ ਸਾਰਿਆਂ ਨਾਲ ਡਿਸਕਸ ਕੀਤੀਆਂ ਸੀਗੀਆਂ ਵੀ ਜਿਹੜੇ ਮਲਟੀ ਲਿੰਗੁਇਵਲਿਜ਼ਮ ਆ ਉਹ ਵੀ एनसीएफ ਨੇ ਦੱਸਿਆ ਵੈਸੇ نیشنل এডুকেশন ਪਾਲਿਸੀ ਵੀ ਉਹਦੇ ਅਧਾਰ ਤੇ ਆ ਤਾਂ ফার্স্ট অপশন ਵੈਸੇ ਇੱਥੇ ਰੋਂਗ ਹੋਗੀ ਸੈਕਿੰਡ অপশন ਰੋਟ ਲਰਨਿੰਗ ਆ ਗਈ ਮੈਂ ਤੁਹਾਨੂੰ ਕੱਲ ਹੀ ਕਿਹਾ ਸੀਗਾ ਵੀ ਰੋਟ ਲਰਨਿੰਗ ਜਿੱਥੇ ਆ ਗਿਆ ਉੱਥੇ ਕੈਨਸਲ ਕਰ ਦੇਣਾ ਆਪਾਂ ਫਿਰ ਉਸ ਤੋਂ ਬਾਅਦ ਟੈਕਨੋਲੋਜੀ ਨੂੰ ਡਿਸਕਰੇਜ ਕਰਨਾ ਇਹ ਵੀ ਨੈਗੇਟਿਵ ਆ ਫਲੈਕਸੀਬਿਲਟੀ ਦੀ ਗੱਲ ਜਿੱਥੇ ਆ ਜੇ ਉੱਥੇ ਆਪਾਂ ਇਹ ਕੰਨੇ ਵੀ ਹਾਂ एनसीएफ ਵੀ ਕਹਿੰਦੀ ਹੈ ਇਹ ਐਨਈਪੀ ਵੀ ਕ ਤਾਂ ਇੱਥੇ 4th ਆਪਸ਼ਨ ਕਰੈਕਟ ਆ ਅੱਗੇ ਚੱਲਦੇ ਆ ਆਪਾਂ ਕੁਐਸਚਨ ਨੰਬਰ 24 ਦੇ ਉੱਤੇ ਇਹ ਵੀ ਅਸਰਸ਼ਨ ਰੀਜ਼ਨ ਵਾਲਾ ਕੁਐਸਚਨ ਆ ਗਿਆ ਅਸਰਸ਼ਨ ਕੀ ਕਹਿੰਦੀ ਆ ਤਾਂ ਨਿਊ ਲਰਨਿੰਗ ਸ਼ੁੱਡ ਬੀ ਬੇਸਡ ਅਪਨ ਪ੍ਰੀਸੀਡਿੰਗ ਫੈਕਟਸ ਐਂਡ ਇਨਫੋਰਮੇਸ਼ਨ ਐਂਡ ਰਿਲੇਟਡ ਟੂ ਵਾਟ ਚਿਲड्रन ਆਲਰੇਡੀ ਨੋ ਰੀਜ਼ਨ ਚਿਲड्रन ਲਰਨ ਇਨ ਅ ਸਪਾਈਰਲ ਐਂਡ ਨਾਟ ਲੀਨੀਅਰ ਵੇ ਚੂਜ਼ ਦੀ ਕਰੈਕਟ ਆਪਸ਼ਨ অপশন নাম্বার 1 ই দি কারেক্ট অপশন হস বোথ এ এন্ড আর আর ট্রু এন্ড আর ইজ দি কারেক্ট এক্সপ্লেনেশন অফ এ আগে চল দে আপনা কোশ্চেন নাম্বার 25 দে উਤੇ ইন অর্ডার টু ফ্যাসিলিটে লার্নিং অ্যামাং স্টুডেন্টস আ স্টুডেন্ট টু পার্টিসিপেট ইন টিচার শুড ড্যাশ স্টুডেন্ট টু পার্টিসিপেট ইন ক্লাসরুম ডিসকাশন এন্ড अदर ড্যাশ অ্যাক্টিভিটিজ ਆਪਸ਼ਨ ਨੰਬਰ 3 ਦੀ ਕਰੈਕਟ ਆਪਸ਼ਨ ਆ ਇਨਕਰੇਜ ਤੇ ਕੋਲੈਬੋਰੇਟਿਵ ਅੱਗੇ ਚੱਲਦੇ ਆਪਾਂ ਕੁਐਸਚਨ ਨੰਬਰ 26 ਦੇ ਉੱਤੇ ਹਾਊ ਡਸ ਅ ਚਾਈਲਡ ਪ੍ਰਾਈਮਰੀਲੀ ਥਿੰਕ ਐਂਡ ਲਰਨ Option number third is the correct option are, through her own activity in the world, including social interactions. Again, the 27 number question Which of the following statement is not correct in the context of alternative conception of children? ਆਪਸ਼ਨ ਨੰਬਰ 3 ਦੇ ਵੀ ਕਰੈਕਟ ਆਪਸ਼ਨ ਆ ਚਿਲड्रन ਆਰ ਇਲੋਜੀਕਲ ਅਨ ਇੰਟੈਲੀਜੈਂਟ ਐਂਡ ਡੂ ਨਾਟ ਪੋਜ਼ੈਸ ਦੀ ਕੈਪੈਸਿਟੀ ਆਫ ਮੀਨਿੰਗ ਮੇਕਿੰਗ ਏ ਵੀ ਕਰੈਕਟ ਆਪਸ਼ਨ ਹੋਏਗੀ ਕਿਉਂਕਿ ਇੱਥੇ ਨਾਟ ਦੀ ਗੱਲ ਕੀਤੀ ਗਈ ਸੀਗੀ ਅੱਗੇ ਚੱਲਦੇ ਆਪਾਂ ਕੁਐਸਚਨ ਨੰਬਰ 28 ਦੇ ਉੱਤੇ ਨੋਲੇਜ ਥੈਟ ਇੰਡੀਵਿਜੂਅਲ ਹੈਵ देयर ਓਨ ਥਿੰਕਿੰਗ ਐਂਡ ਹਾਊ ਦੇ ਦੈਮਸੈਲਫ ਲਰਨ ਇਸ ਕਾਲਡ ਆਪਸ਼ਨ ਨੰਬਰ 2 ਮੈਟਾ ਕੋਗਨੀਸ਼ਨ ਇਹ ਵੀ ਆ ਕਰੈਕਟ ਆਪਸ਼ਨ ਆ ਅੱਗੇ ਆ ਗਿਆ ਜੀ ਆਪਣਾ 29 ਨੰਬਰ ਕੁਐਸਚਨ ਸਟੂਡੈਂਟਸ ਸ਼ੁੱਡ ਬੀ ਇਨਕਰੇਜਡ ਟੂ ਸੈਟ ਅਡਾਪਟ ਅ ਵਿਊ ਆਫ ਅਬਿਲਟੀ ਸੈਕੰਡ অপਸ਼ਨ ਮਾਸਟਰ ਯੂਡ ਐਂਟਰਡ ਤੇ ਇਨਕ੍ਰੀਮੈਂਟਲ ਇਹਦੀ ਕਰੈਕਟ অপਸ਼ਨ ਆ ਹੁਣ ਆਪਣਾ ਲਾਸਟ ਕੁਐਸਚਨ ਆ ਗਿਆ 30 ਵਿਚ ਆਫ ਦਾ ਫੋਲੋਇੰਗ ਸੈਕਟਰਸ ਆ ਰਿਸਪੌਂਸਿਬਲ ਫੋਰ ਚਿਲਡਰਨਸ ਫੇਲਿਅਰ ਇਨ ਸਕੂਲ ਸਕੂਲ ਦੇ ਵਿੱਚ ਚਿਲਡਰਨ ਦੇ ਫੇਲਿਅਰ ਆਸਤੇ ਕਿਹੜੀ ਚੀਜ਼ ਰਿਸਪੌਂਸਿਬਲ ਹੈਗੀ ਆ ਫੀਅਰ ਤੇ ਐਂਜ਼ਾਇਟੀ ਬੋਰਡਮ ਤੇ ਕਨਫਿਊਜ਼ਨ ਇਰੈਲੇਵੈਂਟ ਕਰਿਕੂਲਮ ਕਿ ਡੀਕਨਸਟ੍ਰਕਚਰਲਾਈਜ਼ਡ ਪੈਡਾਗੋਜੀ অপশন নাম্বার 4th এদি கரெক্ট অপশন ਆ ਮਤਲਬ ਇਹ ਚਾਰੀ ਚੀਜ਼ਾਂ ਰਿਸਪਾਂਸਿਬਲ ਨੇ ਫੇਲੀਅਰ ਆਸਤੇ ਸੋ ਇਹ ਸੀਗਾ ਜੀ ਅੱਜ ਦਾ ਇਹ ਟੈਸਟ ਤੁਸੀਂ ਮੈਨੂੰ ਸਿਕਿਓਰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਡੇ ਕਿੰਨੇ ਆਏ ਨੇ ਮੈਂ ਫਿਰ ਉਹੀ ਗੱਲ ਕਹਿੰਨਾ ਜੀ ਤੁਹਾਡੇ ਨੰਬਰ ਘਟਨੇ ਜਾਂ ਕੁਝ ਗਲਤ ਵੀ ਹੋ ਜਾਂਦਾ ਹੈ ਫਿਰ ਕਿੱਡੀ ਗੱਲ ਆ ਸਕੋ ਤੁਹਾਨੂੰ ਪਤਾ ਲੱਗ ਜਾਓ ਵੀ ਤੁਹਾਡੇ ਕਿਹੜੀ ਵੀਕਨੈਸਿਸ ਨੇ ਫਿਰ ਤੁਸੀਂ ਫਿਊਚਰ ਚ ਉਸਤੇ ਕੰਮ ਕਰ ਸਕਦੇ ਹੋ ਤੇ ਤੁਹਾਨੂੰ ਕਿਸ ਟਾਈਪ ਦੇ ਕੁਐਸਚਨ ਦੇ ਵਿੱਚ ਦਿੱਕਤ ਆਉਂਦੀ ਹੈ ਕੀ ਤੁਹਾਨੂੰ ਲੈਂਗੁਏਜ ਦਾ ਇਸ਼ੂ ਆਉਂਦਾ ਪੜ੍ਹਨ ਦੇ ਵਿੱਚ ਤਾਂ ਬਾਰ ਬਾਰ ਪੜਿਆ ਕਰੋ ਕੁਐਸਚਨ ਸਟੇਟਮੈਂਟ ਨੂੰ ਫਿਰ ਉਹਦੇ ਬਾਅਦ ਦ ਜੇ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਦੇ ਉੱਤੇ ਪੀਐਸਟ ਸੀਟੈਟ ਨੂੰ ਸਪੈਸ਼ਲੀ ਲੈ ਕੇ ਵੀਡੀਓਜ਼ ਕਾਫੀ ਸਾਰੀਆਂ ਪਈਆਂ ਨੇ ਜੇ ਤੁਸੀਂ ਮੈਸੇਜ ਦੇ ਸਟੂਡੈਂਟ ਹੋ ਤਾਂ ਮੈਸੇਜ ਦੀ ਪਲੇਲਿਸਟ ਵੀ ਬਣੀ ਹੋਈਆਂ ਨੇ ਤੇ ਬਾਕੀ ਸੀਡੀਪੀ ਦੇ ਵੀ ਪਲੇਲਿਸਟ ਬਣੀ ਹੋਈ ਆ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਟਿਲ ਥੈਂਕ ਯੂ ਸਟੇ ਸੇਫ ਐਂਡ ਫਾਈਨਲੀ ਥੈਂਕਸ ਫॉर ਵਾਚਿੰਗ